ਵੀ ਜੇ ਨਨਕਾਣੇ ਦੀ ਮੋਹਰ ਲੱਗ ਗਈ ਤਾਂ ਦੂਜਿਆਂ ਨੇ ਵੀਜ਼ਾ ਨਹੀਂ ਦੇਣਾ। ਇਹ ਸਾਡਾ ਭੁਲੇਖਾ ਹੈ, ਐਡਾ ਭੁਲੇਖਾ। ਇਹ ਸਾਡੀ ਜਵਾਨ ਪੀੜ੍ਹੀ ਨੂੰ ਵੀ ਸਮਝਣਾ ਚਾਹੀਦਾ ਅਤੇ ਸਾਡੀ ਤਾਂ ਮਾਂ ਪੰਜਾਬੀ, ਸਾਡੀ ਮਾਂ ਅਤੇ ਸਾਡਾ ਨਾਂ ਪੰਜਾਬੀ। ਅਸੀਂ ਜੰਮੇ ਪੰਜਾਬੀ, ਅਸੀਂ ਰੁੜੇ ਪੰਜਾਬੀ, ਅਸੀਂ ਹੱਸੇ ਪੰਜਾਬੀ, ਅਸੀਂ ਤੁਰੇ ਪੰਜਾਬੀ, ਸਾਡੀ ਛਾਂ ਪੰਜਾਬੀ, ਸਾਡੀ ਮਾਂ ਪੰਜਾਬੀ, ਸਾਡੀ ਮਾਂ ਪੰਜਾਬੀ, ਸਾਡੀ ਮਾਂ ਪੰਜਾਬੀ। ਮੈਂ ਕਿਹਾ ਵੀ ਜਿੱਥੇ ਬਾਬੇ ਨਾਨਕ ਨੇ ਲੰਗਰ ਛਕਾਉਣਾ ਨਾ ਅਤੇ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ, ਭਾਵੇਂ ਅਮਰੀਕਾ ਅਤੇ ਭਾਵੇਂ ਕੈਨੇਡਾ ਅਤੇ ਭਾਵੇਂ ਪਾਕਿਸਤਾਨ ਅਤੇ ਭਾਵੇਂ ਮਲੇਸ਼ੀਆ ਅਤੇ ਭਾਵੇਂ ਸਿੰਗਾਪੁਰ ਆ। 35 ਦਫ਼ਾ ਮੈਂ ਪਹਿਲਾਂ ਆ ਗਿਆ ਅਤੇ 36ਵੇਂ। ਸਾਡਾ ਦੇਸ਼ ਪੰਜਾਬ ਦੇਖ ਰਹੇ ਦੋਸਤੋ, ਅਸਲਾਮ ਅਲੈਕਮ। ਮੈਂ ਹਾਂ ਤੁਹਾਡੇ ਨਾਲ ਅਬਦੁਲ ਰਸ਼ੀਦ। ਅੱਜ ਅਸੀਂ ਮੌਜੂਦ ਹਾਂ ਵਾਹਗਾ ਬਾਰਡਰ ਲਾਹੌਰ, ਚੜ੍ਹਦੇ ਪੰਜਾਬ ਦੇ ਉੱਤੋਂ ਸਿੱਖ ਸੰਥਾਂ ਜਿਹੜੀਆਂ ਅੱਜ ਪਾਕਿਸਤਾਨ ਪਹੁੰਚੀਆਂ ਹੋਈਆਂ। ਸਾਡੇ ਨਾਲ ਇੱਕ ਸਰਦਾਰ ਸਾਹਿਬ ਹੁਣੀ ਮੌਜੂਦ ਆ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਪਾਕਿਸਤਾਨ ਪਹੁੰਚ ਕੇ ਕੈਸਾ ਲੱਗ ਰਿਹਾ ਔਰ ਉਹ ਕਿੰਨਵੀਂ ਦਫ਼ਾ ਪਾਕਿਸਤਾਨ ਆਏ। ਉਹਨਾਂ ਦਾ ਪਹਿਲਾ ਚੱਕਰ ਆਈ, ਉਹ ਪਹਿਲੇ ਵੀ ਕਦੀ ਆ ਚੁੱਕੇ ਆ। ਸਰਦਾਰ ਜੀ, ਅਸਲਾਮ ਅਲੈਕਮ। ਸਾਡਾ ਦੇਸ਼ ਪੰਜਾਬ ਦੇ ਸਾਰੇ ਵੀਰਾਂ ਨੂੰ, ਬੱਚਿਆਂ ਨੂੰ ਅਸਲਾਮ ਅਲੈਕਮ, ਬਹੁਤ ਬਹੁਤ ਵਧਾਈ। ਜਿਹੜੇ ਕਿ ਇਹ ਵਿਚਾਰ ਸੁਣ ਰਹੇ ਹਨ ਅਤੇ ਸੁਣਾ ਵੀ ਰਹੇ ਹਨ ਜੀ ਜੀ, ਸਾਡਾ ਦੇਸ਼ ਪੰਜਾਬ ਦੇ ਸੰਬੰਧ ਵਿੱਚ ਨਾ ਮੈਂ ਬਸ ਇਹੋ ਗੱਲ ਕਹੂੰਗਾ, ਮੇਰਾ ਜਿਹੜਾ ਇੱਥੇ ਆਉਣ ਦਾ ਸੁਭਾਗ ਮਿਲਿਆ ਨਾ ਮੈਨੂੰ ਅਤੇ ਇਹ 35 ਦਫ਼ਾ ਮੈਂ ਪਹਿਲਾਂ ਆ ਗਿਆ ਅਤੇ 36ਵੇਂ। ਸਰਦਾਰ ਜੀ, ਤੁਹਾਡਾ ਨਾਮ ਕੀ? ਮੇਰਾ ਨਾਮ ਗੁਰਬਚਨ ਸਿੰਘ ਹੈ ਜੀ। ਅਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੈਂ ਮੰਡੀ ਡੱਬ ਵਾਲੀ, ਡਿਸਟ੍ਰਿਕਟ ਸਿਰਸਾ, ਹਰਿਆਣਾ। ਹਰਿਆਣੇ ਤੋਂ ਆਏ? ਹਰਿਆਣਾ ਐਂਡ ਪੰਜਾਬ। ਠੀਕ ਹੈ ਜੀ। ਹਾਂ, ਡਿਸਟ੍ਰਿਕਟ ਬਠਿੰਡਾ ਵੀ ਹੈ, ਕਿਉਂਕਿ ਸਾਡਾ ਜਿਹੜਾ ਘਰ ਹੈ ਨਾ ਉਹਦਾ ਬੈਕ ਸਾਈਡ ਦਾ ਦਰਵਾਜ਼ਾ ਡਿਸਟ੍ਰਿਕਟ ਬਠਿੰਡਾ ਹੈ ਅਤੇ ਫਰੰਟ ਸਾਈਡ ਦਾ ਦਰਵਾਜ਼ਾ ਡਿਸਟ੍ਰਿਕਟ ਸਿਰਸਾ, ਹਰਿਆਣਾ। ਇਸ ਵਾਸਤੇ ਦੋ ਸਟੇਟਾਂ ਦੇ ਅਸੀਂ ਵਾਸੀ ਹਾਂ ਅਤੇ ਤੁਹਾਡੇ ਇੱਧਰੋਂ ਜਿਹੜੇ ਵਿਚਾਰ ਅਤੇ ਤੁਹਾਡੇ ਮਾਮ ਦਾ ਪਿਆਰ ਅਤੇ ਤੁਹਾਡੀਆਂ ਸਰਕਾਰਾਂ ਵੀ ਨਾ ਇਸ ਸੰਬੰਧ ਵਿੱਚ ਵਾਕਈ ਨਾ ਸਾਨੂੰ ਇੰਨਾ ਸਹਿਯੋਗ ਦਿੰਦੇ, ਸਾਨੂੰ ਖੁਸ਼ੀ ਹੁੰਦੀ ਹੈ ਵੀ ਅਸੀਂ ਵਾਰ ਵਾਰ ਹੀ ਆਈਏ ਅਤੇ ਵਾਰ ਵਾਰ ਆਉਣ ਦਾ ਇੱਕ ਮਕਸਦ ਵੀ ਹੈ ਸਾਡਾ, ਕਿਉਂਕਿ ਜਿਵੇਂ ਸਾਡੇ ਮੁਸਲਮਾਨ ਵੀਰਾਂ ਦਾ ਨਾ ਮੱਕਾ ਕਾਬਾ ਹੈ ਨਾ ਅਤੇ ਮੱਕਾ ਕਾਬਾ ਸਾਹਿਬ ਨਾ ਜਿਹੜਾ ਮੇਰਾ ਵੀਰ ਇੱਕ ਵਾਰ ਜਾ ਆਇਆ ਨਾ ਅਤੇ ਤੁਹਾਡੇ ਸ਼ਬਦਾਂ 'ਚ ਤੁਸੀਂ ਕਹਿੰਦੇ ਅਸੀਂ ਹੱਜ ਕਰਕੇ ਆਏ ਅਤੇ ਤੁਹਾਡੇ ਨਾਮ ਨਾਲ ਹਾਜੀ ਲਕਬ ਲੱਗ ਜਾਂਦਾ ਅਤੇ ਤੁਹਾਨੂੰ ਜੇ ਪੁੱਛਿਆ ਜਾਵੇ ਨਾ ਹਾਜੀ ਦਾ ਭਾਵ ਕੀ ਆ ਅਤੇ ਅੱਗੋਂ ਫਿਰ ਮੇਰੇ ਵੀਰ ਕਹਿੰਦਾ ਯਾਰ ਮੈਂ ਬਿਆਨ ਹੀ ਨਹੀਂ ਕਰ ਸਕਦਾ, ਹਾਜੀ ਦਾ ਭਾਵ ਕੀ ਬਿਆਨ ਕਰਾਂ ਅਤੇ ਜਿਵੇਂ ਤੁਹਾਡੇ ਸਿੱਖ ਭਰਾ ਕਹਿ ਦਿੰਦੇ ਸਾਨੂੰ ਤਾਂ ਸੱਚਖੰਡ ਦੀ ਪ੍ਰਾਪਤੀ ਹੋ ਗਈ ਅਤੇ ਸਾਡੇ ਮੁਸਲਮਾਨ ਵੀਰ ਕਹਿੰਦੇ ਸਾਨੂੰ ਵਹਿਸ਼ਤ ਮਿਲ ਗਈ ਅਤੇ ਆਂਦਾ ਇਸ ਤੋਂ ਵੱਧ ਮੈਂ ਹੋਰ ਕੋਈ ਦੱਸ ਨਹੀਂ ਸਕਦਾ ਅਤੇ ਪਰ ਸਾਡਾ ਤਾਂ ਮੱਕਾ ਹੀ ਨਨਕਾਣਾ, ਸਾਡੀ ਹੋਂਦ ਨਨਕਾਣਾ, ਸਾਡਾ ਜੀਵਨ ਨਨਕਾਣਾ, ਅਸੀਂ ਨਨਕਾਣਾ ਦੇ। ਜੇ ਨਨਕਾਣਾ ਨਾ ਹੁੰਦਾ ਨਾ ਅਤੇ ਅੱਜ ਤੁਹਾਨੂੰ ਇਹ ਆਹ ਸਰੂਪ ਸਿੱਖ ਸਰੂਪ ਨਹੀਂ ਦੱਸਣਾ ਸੀ ਅਤੇ ਜਾਂ ਹਿੰਦੂ ਕੌਮ ਹੋਣੀ ਸੀ ਜਾਂ ਮੁਸਲਮਾਨ ਕੌਮ ਹੋਣੀ, ਦੋ ਕੌਮ ਹੋਣੇ ਸੀ। ਇਹ ਬਾਬੇ ਨਾਨਕ ਦੀ ਕਿਰਪਾ ਐਸੀ ਕੀਤੀ ਅਤੇ ਮਿਲਾਪ ਇਹ ਪਿਆਰ ਨਾ ਬਾਬੇ ਨਾਨਕ ਨੇ ਐਸਾ ਵੰਡਿਆ ਅਤੇ ਸਾਰਿਆਂ ਨੂੰ ਇਕੱਠਾ ਕਰਤਾ, ਐਸਾ ਇਕੱਠਾ ਕੀਤਾ ਇਹ ਕਾਨੂੰਨ ਅਤੇ ਸਭ ਜਗ ਉਪਜਾ ਕੌਣ ਬਣਾਈ ਕੌਣ ਮੰਦੇ, ਇਹ ਸੰਦੇਸ਼ਾ ਵੀ ਦਿੱਤਾ। ਅਤੇ ਜਦੋਂ ਨਨਕਾਣਾ ਸਾਹਿਬ ਜਾਈਦਾ ਨਾ ਅਤੇ ਜਿਵੇਂ ਤੁਹਾਨੂੰ ਆਪਣੇ ਆਪ ਨੂੰ ਨਾ ਸਕੂਨ ਮਿਲਦਾ ਜਾ ਕੇ ਅਤੇ ਉਹ ਭੁੱਖ ਨਾ ਜਿਵੇਂ ਕਹਿੰਦਾ ਵੀ ਸਵੇਰੇ ਰੋਟੀ ਖਾਧੀ ਅਤੇ ਫਿਰ ਸ਼ਾਮ ਨੂੰ ਖਾਣ ਦੀ ਕੀ ਲੋੜ ਹੈ ਅਤੇ ਉਹ ਸ਼ਾਮ ਨੂੰ ਫਿਰ ਪੇਟ ਮੰਗਦਾ, ਉਹ ਨਨਕਾਣਾ ਸਾਹਿਬ ਦੀ ਭੁੱਖ ਮਿਟ ਹੀ ਨਹੀਂ ਸਕਦੀ। ਅਨੇਕਾਂ ਜਨਮ ਲੈ ਲਈਏ ਨਾ ਉਹ ਭੁੱਖ ਨਹੀਂ ਮਿਟ ਸਕਦੀ। ਸਰਦਾਰ ਜੀ, ਜਿੰਨੇ ਵੀ ਆਏ ਆ ਜ਼ਿਆਦਾਤਰ ਜਿਹੜੇ ਨਾ ਬਜ਼ੁਰਗ ਜ਼ਿਆਦਾ ਉਮਰ ਦੇ ਦੋਸਤ ਨੇ, ਯੰਗ ਜਨਰੇਸ਼ਨ ਜਿਹੜੀ ਘੱਟ ਨਜ਼ਰ ਆ ਰਹੀ ਸਾਡੇ ਸਟੈਂਡ ਦੇ ਵਿੱਚ, ਮੇਰਾ ਖਿਆਲ ਸ਼ਾਇਦ ਕੋਈ ਜਿਹੜਾ ਕੋਈ 20-22-25 ਸਾਲ ਦੇ ਜਿਹੜਾ ਮੁੰਡਾ ਉਹ ਮੈਨੂੰ ਘੱਟ ਹੀ ਨਜ਼ਰ ਆਇਆ। ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ, ਇਹ ਸਾਡੀਆਂ ਸਰਕਾਰਾਂ ਨੂੰ ਨਾ ਥੋੜ੍ਹਾ ਜਿਹਾ ਇਹਦੇ ਵਿੱਚ ਨਾ ਬੜਾ ਗੋਹਜ ਨਾਲ ਵਿਚਾਰ ਨਾਲ ਨਾ ਜ਼ਰੂਰ ਤੱਕਣਾ ਚਾਹੀਦਾ ਕਿ ਜਿੱਥੇ ਮਤਲਬ ਆਮ ਉਮਰ ਦੇ ਆਦਮੀਆਂ ਨੂੰ, ਥੋੜ੍ਹੇ ਵਡੇਰੀ ਉਮਰ ਦੇ ਆਦਮੀਆਂ ਨੂੰ ਵੀਜ਼ੇ ਦਿੰਦੇ ਆ ਅਤੇ ਉੱਥੇ ਜਵਾਨ ਮੁੰਡਿਆਂ ਦੇ ਨਾਲ ਵੀਜ਼ੇ ਕੱਟ ਦਿੱਤੇ ਜਾਂਦੇ ਆ ਅਤੇ ਮੈਨੂੰ ਇਹ ਖੁਸ਼ੀ ਵੀ ਹੈ ਵੀ ਇਸ ਜਥੇ ਦੇ ਵਿੱਚ ਨਾ ਤਕਰੀਬਨ ਫਿਰ ਵੀ ਨਾ ਸਾਡੇ ਸਾਥੀਆਂ ਨੇ ਵੀਰਾਂ ਨੇ ਜਿਹੜੇ ਪਾਕਿਸਤਾਨ ਅੰਬੈਸੀ ਦੇ ਵਿੱਚ ਕੰਮ ਕਰ ਰਹੇ ਆ ਅਤੇ ਉਹਨਾਂ ਨੇ ਲਗਭਗ ਆਪਣੇ ਜਥੇ ਦੇ ਵਿੱਚ ਨਾ ਲਗਭਗ ਮੇਰੇ ਹਿਸਾਬ ਨਾਲ 20 ਦੇ ਮੁੰਡੇ ਕਰੀਬ ਹੈਗੇ ਜਵਾਨ ਅਤੇ ਉਸੇ ਤਰ੍ਹਾਂ ਸਾਡੀਆਂ ਭੈਣਾਂ ਮਾਵਾਂ ਇਹ ਵੀ ਸਾਰੀਆਂ ਨਾਲ ਹਨ, ਹਰ ਕਿਤੇ ਮਨ ਦਿੱਤਾ ਹੈਗਾ ਵੀ ਅਸੀਂ ਨਨਕਾਣਾ ਸਾਹਿਬ ਦਰਸ਼ਨ ਕਰਨੇ। ਸਰਦਾਰ ਜੀ, 500 ਦਾ ਜੱਥਾ ਹੋਵੇ ਅਤੇ ਵਿੱਚ 20 ਜਵਾਨ ਹੋਣ, ਇਹ ਤਾਂ ਤਾਦਾਦ ਜਿਹੜੀ ਹੈ ਬਹੁਤ ਮਾਈਨਰ ਜੀ। ਨਹੀਂ, 500 ਦਾ ਤਾਂ ਨਹੀਂ, ਅਤੇ ਸਾਡਾ ਜੱਥਾ ਨਾ 133 ਪਾਸਪੋਰਟ ਸੀ ਅਤੇ 123 ਦਾ ਵੀਜ਼ਾ ਮਿਲਿਆ ਅਤੇ ਲਗਭਗ 3-4 ਮੈਂਬਰ ਨਹੀਂ ਆ ਸਕੇ ਅਤੇ 120 ਦੇ ਕਰੀਬ ਸਾਡਾ ਜੱਥਾ ਹੈਗਾ ਅਤੇ ਨਾਲਿਆ ਵਾਲੇ ਸਾਥੀਆਂ ਦਾ ਉਹਨਾਂ ਦਾ ਵੀ ਕੋਈ 90-95 ਮੈਂਬਰਾਂ ਦਾ ਉਹਨਾਂ ਦਾ ਜੱਥਾ, ਲਗਭਗ 200 ਕੁਛ ਆਦਮੀ ਹੈ। ਅਤੇ ਮੈਂ ਕਹਿੰਦਾ ਜੇ 5-10% ਵੀ ਆਉਣੇ ਸ਼ੁਰੂ ਹੋ ਗਏ ਨਾ
ਤੇ ਅਜੇ ਤਾਈਂ ਨਾ ਜਿਹੜੀ ਨਵੀਂ ਜਨਰੇਸ਼ਨ ਆ ਨਾ ਉਹਨਾਂ ਦੇ ਮਨ ਵਿੱਚ ਨਾ ਇੱਕ ਐਸਾ ਤੋਖਲਾ ਪੈਦਾ ਹੋਇਆ ਵੀ ਜੇ ਪਾਕਿਸਤਾਨ ਜਾਂਦੇ ਰਹੇ ਨਾ ਤੇ ਸਾਨੂੰ ਦੂਜਿਆਂ ਦੇਸ਼ਾਂ ਨੇ ਵੀਜ਼ਾ ਨਹੀਂ ਦੇਣਾ ਇਹ ਉਹਨਾਂ ਦੇ ਦਿਮਾਗ ਦੀ ਸੋਚ ਹੈ ਤੇ ਜਿਹੜੀ ਮੇਰੀ ਸੋਚ ਹੈ ਉਹਨਾਂ ਪ੍ਰਤੀ ਮੈਂ ਕਿਹਾ ਵੀ ਜਿੱਥੇ ਬਾਬੇ ਨਾਨਕ ਨੇ ਲੰਗਰ ਛਕਾਉਣਾ ਨਾ ਤੇ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਭਾਵੇਂ ਅਮਰੀਕਾ 'ਚ ਭਾਵੇਂ ਕੈਨੇਡਾ 'ਤੇ ਭਾਵੇਂ ਪਾਕਿਸਤਾਨ 'ਚ ਭਾਵੇਂ ਮਲੇਸ਼ੀਆ 'ਤੇ ਭਾਵੇਂ ਸਿੰਗਾਪੁਰ ਆ ਉਹਨੇ ਨਾ ਭਾਵੇਂ ਤੁਹਾਨੂੰ ਹਨੇਰੀ ਬਣਾ ਕੇ ਉਡਾ ਕੇ ਲੈ ਕੇ ਜਾਵੇ ਅਤੇ ਉੱਥੇ ਲੰਗਰ ਛਕਾ ਦੇਣਾ ਇਹ ਭਰੋਸਾ ਅਤੇ ਵਿਸ਼ਵਾਸ ਹੋਣਾ ਚਾਹੀਦਾ ਅਤੇ ਅਸੀਂ ਫਿਰ ਵੀ ਇਹ ਗਿਲੇ ਛਿਕਵੇ ਰੱਖੀਏ ਵੀ ਜੇ ਨਨਕਾਣੇ ਦੀ ਮੋਹਰ ਲੱਗ ਗਈ ਅਤੇ ਦੂਜਿਆਂ ਨੇ ਵੀਜ਼ਾ ਨਹੀਂ ਦੇਣਾ ਇਹ ਸਾਡਾ ਭੁਲੇਖਾ ਹੈ ਐਡਾ ਭੁਲੇਖਾ ਇਹ ਸਾਡੀ ਜਵਾਨ ਪੀੜ੍ਹੀ ਨੂੰ ਵੀ ਸਮਝਣਾ ਚਾਹੀਦਾ ਪਰ ਉਹਨਾਂ ਦੇ ਦਿਮਾਗਾਂ 'ਚ ਨਾ ਜਿਹੜੇ ਟਰੈਵਲ ਏਜੰਸੀਆਂ ਵਾਲੇ ਆ ਨਾ ਉਹ ਵੇਖੋ ਕਿਤੇ ਪਾਕਿਸਤਾਨ ਦੀ ਮੋਹਰ ਲੱਗ ਗਈ ਨਾ ਤੁਹਾਨੂੰ ਨਹੀਂ ਵੀਜ਼ਾ ਦੇਣਾ ਅਤੇ ਹੁਣ ਵੀ ਨਾ ਇਹਨਾਂ ਦੇ ਇੰਨੇ ਕੁ ਤਾਂ ਥੋੜ੍ਹੇ ਜਿਹੇ ਪਰਦੇ ਖੁੱਲ੍ਹ ਗਏ ਵੀ ਇਹ ਤਾਂ ਟਰੈਵਲ ਏਜੰਟਾਂ ਨੇ ਨਾ ਐਵੇਂ ਖਾਮ ਖਾਦਾ ਡਰ ਹੀ ਪਾਇਆ ਪਿਆ ਤੁਸੀਂ ਬਜ਼ੁਰਗ ਹੋ ਵੱਡੇ ਬੰਦੇ ਹੋ ਤੁਹਾਡੀ ਗੱਲ ਜਿਹੜੀ ਹੈ ਜਵਾਨ ਸੁਣਦੇ ਨੇ ਉਹਦੇ 'ਤੇ ਅਮਲ ਵੀ ਕਰਦੇ ਨੇ ਤੁਸੀਂ ਉਹਨਾਂ ਨੂੰ ਇਹ ਗੱਲ 'ਤੇ ਜਾ ਕੇ ਕਹਿੰਦੇ ਨਹੀਂ ਕਿ ਵੀ ਯਾਰ ਐਸੀ ਕੋਈ ਗੱਲ ਨਹੀਂ ਤੁਸੀਂ ਜਾਓ ਉੱਥੇ ਤਾਂ ਬਹੁਤ ਪਿਆਰ ਮੁਹੱਬਤ ਵਾਲੇ ਲੋਕ ਨੇ ਮੈਂ ਇੱਥੋਂ ਤੱਕ ਨਾ ਜੇ ਕਦੇ ਲੈਕਚਰ ਵੀ ਕਰੀਦਾ ਨਾ ਉੱਥੇ ਕਹੀਦਾ ਵੀ ਜਿੰਨੇ ਸਾਡੇ ਸਿੱਖ ਭਰਾ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਨ ਅਤੇ ਉਹਨਾਂ ਦੀ ਨਿੱਤ ਦੀ ਅਰਦਾਸ ਹੈ ਅਤੇ ਅਰਦਾਸ ਦੇ ਵਿੱਚ ਇੱਕੋ ਹੀ ਮੰਗ ਹੈ ਅਤੇ ਉਹ ਮੰਗ ਹੈ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਬਖਸ਼ੋ ਅਤੇ ਅੱਜ ਤਾਈਂ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਨੂੰ ਅਮਰੀਕਾ ਦੇ ਦਰਸ਼ਨ ਦੀਦਾਰ ਜਾਂ ਕੈਨੇਡਾ ਦੇ ਦਰਸ਼ਨ ਦੀਦਾਰ ਬਖਸ਼ੋ ਅਤੇ ਉੱਥਿਆਂ ਦੇ ਗੱਲ ਤਾਂ ਸਹੀ ਹੈ ਫਿਰ ਸਹੀ ਗੱਲ ਮੰਨਣੀ ਅਤੇ ਦੂਜਿਆਂ ਦੀ ਗੱਲ ਦੇ ਉੱਤੇ ਨਾ ਬਸ ਵਿਸ਼ਵਾਸ ਸਰਦਾਰ ਜੀ ਅਰਦਾਸ ਤਾਂ ਸੁਬਹ ਸ਼ਾਮ ਇਹੀ ਹੈ ਜਿਹੜੀ ਤੁਸੀਂ ਕੀਤੀ ਲੇਕਿਨ ਜਦੋਂ ਗੌਰਮੈਂਟ ਕਹਿੰਦੀ ਹੈ ਜਾਂ ਪ੍ਰਬੰਧਕ ਕਮੇਟੀਆਂ ਕਹਿੰਦੀਆਂ ਪਾਸਪੋਰਟ ਜਮ੍ਹਾਂ ਕਰਾਓ ਜਾਣਾ ਪਾਕਿਸਤਾਨ ਉਦੋਂ ਕਹਿੰਦੇ ਅਸੀਂ ਨਹੀਂ ਜਾਣਾ ਜੇਕਰ ਮੈਨੂੰ ਹੁਣ ਕਹਿਣ ਦੇ ਵਿੱਚ ਨਾ ਗੁਰੇਜ਼ ਵੀ ਹੈਗਾ ਅਤੇ ਜੇ ਜਿਵੇਂ ਸਾਡੀ ਮੇਨ ਸੰਸਥਾ ਨਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਉਹ ਇੱਕ ਤਰ੍ਹਾਂ ਹੀ ਸਰਕਾਰ ਹੀ ਹੈ ਉਹ ਇੱਕ ਤਰ੍ਹਾਂ ਹੀ ਸਰਕਾਰ ਹੀ ਹੈ ਅਤੇ ਸਰਕਾਰ ਦੇ ਵਿੱਚ ਨਾ ਸਿਆਸਤ ਜ਼ਿਆਦਾ ਹੁੰਦੀ ਹੈ ਅਤੇ ਹੁਣ ਨਾ ਧਰਮ ਦੇ ਉੱਤੇ ਸਿਆਸਤ ਭਾਰੂਗਾ ਮੇਨ ਮੁੱਦਾ ਇਹ ਧਰਮ ਦੇ ਉੱਤੇ ਸਿਆਸਤ ਭਾਰੂਗਾ ਨਹੀਂ ਤਾਂ ਹੁਣੇ ਜਥਾ ਨਾ ਹੋ ਸਕਦਾ 500 ਤੋਂ ਉੱਤੇ ਆਉਂਦਾ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਦਿਮਾਗ ਦੇ ਵਿੱਚ ਨਾ ਹਰ ਸਾਲ ਇਹ ਸ਼ਹੀਦੀ ਗੁਰਪੁਰਬ ਅਤੇ 23 ਮਈ 22 ਮਈ 25 ਮਈ 28 ਮਈ 2 ਜੂਨ 5 ਜੂਨ ਹਰ ਸਾਲ ਚੇਂਜ ਹੁੰਦੀ ਆਉਂਦੀ ਡੇਟ ਜਿਹੜਾ 2003 ਦੇ ਵਿੱਚ ਕੈਲੰਡਰ ਬਣਿਆ ਅਤੇ ਉਹਦਾ ਨਾਮ ਹੀ ਰੱਖਿਆ ਨਾਨਕ ਸ਼ਾਹੀ ਕੈਲੰਡਰ ਉਹਦੇ ਉੱਤੇ 10 ਸਾਲ ਦਾ ਉਹਨਾਂ ਨੇ ਵੀ ਅਮਲ ਕੀਤਾ ਅਤੇ ਫਿਰ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਮੋਦੀ ਲੜ ਗਿਆ ਮੈਂ ਇਹੀ ਕਹੂੰਗਾ ਮੋਦੀ ਕੀ ਲੜ ਗਿਆ ਕੋਈ ਪੰਡਿਤ ਬ੍ਰਾਹਮਣੀ ਲੜ ਗਿਆ ਅਤੇ ਉਹਨਾਂ ਨੇ ਨਾ ਜੀ ਆਪਣੀ ਤਾਂ ਬਿਕਰਮੀ ਡੇਟ ਹੈ ਜੀ ਅਸੀਂ ਤਾਂ ਵਿਸਾਖ ਜੇਠ ਹਾੜ ਨਾਲ ਹੀ ਮਨਾਉਣਾ ਜੀ ਉਹਨਾਂ ਨੇ ਉਹ ਹੀ ਨਾ ਕਦੇ 23 ਮਈ 28 ਮਈ ਅਤੇ ਤੁਹਾਡਾ ਜਿਹੜਾ ਇਹ ਫਿਕਸ ਡੇਟ ਹੈ ਨਾ ਸਾਨੂੰ ਬਹੁਤ ਪਸੰਦ ਹੈ ਅਤੇ ਅਸੀਂ ਹਰ ਸਾਲ ਹੀ ਨਾ ਇਹ ਜੂਨ ਦੇ ਜਿੱਥੇ ਜੇ ਵੱਧ ਤੋਂ ਵੱਧ ਸੰਗਤ ਲੈ ਕੇ ਆਇਆ ਕਰਾਂਗੇ ਸਰਦਾਰ ਜੀ ਤੁਸੀਂ ਜਿਵੇਂ ਦੱਸਿਆ ਵੀ ਮੇਰਾ 34ਵਾਂ 35ਵਾਂ ਚੱਕਰ ਹੈ ਅਤੇ ਵਾਰ ਵਾਰ ਆਉਣ ਦੀ ਵਜ੍ਹਾ ਇੱਥੋਂ ਲੋਕਾਂ ਦਾ ਜਿਹੜਾ ਪਿਆਰ ਮੁਹੱਬਤ ਉਹਦੇ ਬਾਰੇ ਕੀ ਕਹੋਗੇ ਕੀ ਸੁਨੇਹਾ ਦਿਓਗੇ ਉਧਰਲੀ ਆਵਾਮ ਨੂੰ ਜਿਹੜੀ ਡਰਦੀ ਆ ਆਉਂਦੀ ਨਹੀਂ ਉਹ ਆਵਾਮ ਨੂੰ ਸੁਨੇਹਾ ਇਹ ਹੈ ਪਹਿਲੀ ਗੱਲ ਤਾਂ ਜਿਹੜਾ ਤੁਹਾਡੇ ਵੱਲੋਂ ਪਿਆਰ ਅਤੇ ਸਤਿਕਾਰ ਅਤੇ ਵਿਚਾਰ ਤਿੰਨੇ ਚੀਜ਼ਾਂ ਆ ਗਈਆਂ ਇਹ ਮਿਲਿਆ ਨਾ ਅਤੇ ਮੈਨੂੰ ਤਾਂ ਨਾ ਇਹ ਆਪਣੇ ਆਪ ਦੇ ਉੱਤੇ ਨਾ ਇਹ ਮਹਿਸੂਸ ਵੀ ਹੁੰਦਾ ਵੀ ਜੇ ਤੁਸੀਂ ਭਰਾ ਕੇ ਉੱਧਰ ਆਏ ਤਾਂ ਅਸੀਂ ਤੁਹਾਡਾ ਇੰਨਾ ਸਤਿਕਾਰ ਹੀ ਨਾ ਕਰ ਸਕੀਏ ਇਹ ਹਕੀਕਤ ਹੈ ਇੱਕ ਤਾਂ ਹੁੰਦਾ ਨਾ ਐਵੇਂ ਗੱਲਾਂ ਮਾਰ ਰਹੀਆਂ ਇਹ ਹਕੀਕਤ ਹੈ ਅਤੇ ਉਹਨਾਂ ਦੇ ਜਿਹੜੀ ਸੋਚ ਆ ਨਾ ਬਸ ਪਰਮਾਤਮਾ ਬਾਬਾ ਨਾਲ ਕਿਰਪਾ ਕਰੇ ਹੌਲੀ ਹੌਲੀ ਸੋਚ ਚੇਂਜ ਹੋਏਗੀ ਸੰਗਤਾਂ ਐਵੇਂ ਵੱਧ ਚੜ੍ਹ ਕੇ ਆਉਣਗੀਆਂ ਅਤੇ ਸਾਡੀ ਸ਼੍ਰੋਮਣੀ ਕਮੇਟੀ ਨਾਲ ਵੀ ਤੁਹਾਡੀਆਂ ਸਰਕਾਰਾਂ ਜਾਂ ਤੁਹਾਡੇ ਪ੍ਰਬੰਧਕ ਕਮੇਟੀ ਕੋਈ ਮੇਲ ਮਿਲਾਪ ਬਣਾ ਕੇ ਨਾ ਇਹ ਇੱਕੋ ਡੇਟ ਫਿਕਸ ਹੋ ਜੇ ਅਤੇ ਸੰਗਤਾਂ ਵੱਧ ਚੜ੍ਹ ਕੇ ਆਉਣ ਇਹ ਮਨ ਦੀ ਤਾਂਘ ਵੀ ਹੈ ਬਲਬਲਾ ਵੀ ਹੈ ਅਤੇ ਇਹ ਚਾਹ ਵੀ ਹੈ ਵੀ ਵੱਧ ਤੋਂ ਵੱਧ ਸੰਗਤਾਂ ਸਾਡਾ ਤਾਂ ਤੁਹਾਡੀ ਗੱਲ ਸਰਦਾਰ ਜੀ ਸਾਡੇ ਚੈਨਲ ਰਾਹੀਂ ਪਹੁੰਚ ਗਈ ਸਰਦਾਰ ਸਰਕਾਰ ਤੱਕ ਬਾਕੀ ਇਨਸ਼ਾਅੱਲਾ ਫਿਰ ਇੱਕ ਹੋਰ ਮੰਗ ਆ ਉਹ ਇਹ ਮੰਗ ਹੈ ਵੀ ਪਹਿਲਾਂ ਮੈਂ ਨਾ ਲਗਭਗ 5-7 ਵਾਰਾਂ ਭਾਈ ਲਾਲੋ ਦੀ ਖੂਹੀ ਬਾਬਰ ਦੀ ਚੱਕੀ ਸਾਰੇ ਦਰਸ਼ਨ ਕੀਤੇ ਆ ਹੋਰ ਤਾਂ ਹੋਰ ਜਦੋਂ ਏਮਨਾਬਾਦ ਜਾਈਦਾ ਸੀ ਨਾ ਸ਼ਹਿਰ ਦੇ ਵਿੱਚ ਅਸੀਂ ਐਂਟਰੀ ਕੀਤੀ ਰੋੜੀ ਸਾਹਿਬ ਵਾਲੇ ਪਾਸਿਓਂ ਅਤੇ ਇੱਕ ਮੰਦਰ ਵੀ ਖੜ੍ਹਾ ਸੀ ਉਹਦੇ ਉੱਤੇ ਉਹ ਨਿਸ਼ਾਨ ਵੀ ਲੱਗਿਆ ਓਮ ਦਾ ਅਤੇ ਅਸੀਂ ਵੀ ਉਹਦੇ ਭੁਲੇਖੇ ਨਾਲ ਕਿਰਾਂ ਵੇਖਿਆ ਸੀ ਅਤੇ ਉਹ ਫਰਜ਼ੀ ਨੂੰ ਲਾਟਾ ਸੀ ਉਹਨੇ ਤੂੜੀ ਭਰ ਰੱਖੀ ਸੀ ਅਤੇ ਵੇਖਿਆ ਤਾਂ ਵੀ ਆਉਂਦੇ ਭਾਈ ਹੁਣ ਤਾਂ ਸਾਨੂੰ ਅਲਾਟ ਹੋਇਆ ਅਤੇ ਹੁਣ ਤਾਂ ਅਸੀਂ ਤੂੜੀ ਭਰਨੀ ਅਤੇ ਮੂਰਤੀ ਮਾਰਦੀ ਕਿੱਥੇ ਆ ਇਹ ਮੂਰਤੀ ਮਾਰਦੀ ਆ ਤਾਂ ਵਿੱਚ ਮੂਰਤੀ ਫਿਰਦੀ ਆ ਅਤੇ ਅਸੀਂ ਸਾਨੂੰ ਤਾਂ ਤੂੜੀ ਦੀ ਲੋੜ ਸੀ ਸੰਭਾਲਣ ਦੀ ਤੂੜੀ ਸੰਭਾਲਤੀ ਤੂੜੀ ਪਾ ਦਿੱਤੀ ਉਹ ਜਾਣੇ ਤੇ ਉਹਨਾਂ ਨੇ ਕੰਮ ਜਾਣੇ ਅਸੀਂ ਨਾ ਤਾਂ ਉਹ ਕੋਈ ਫਰੋਲਣੀ ਸੀ ਪਰ ਤੂੜੀ ਜ਼ਰੂਰ ਉਹ ਭਰੀ ਜਾਂਦੇ ਸੀਗੇ ਅਤੇ ਅਸੀਂ ਭਾਈ ਉਹ ਨਕਲੀਆਂ ਵੀ ਹੋ ਕੇ ਨਾ ਨਾਲੇ ਭਾਈ ਲਾਲੋ ਦੀ ਖੂਹੀ ਦੇ ਦਰਸ਼ਨ ਭਾਈ ਲਾਲੋ ਦੇ ਘਰ ਦੇ ਦਰਸ਼ਨ ਬਾਬਰ ਦੀ ਚੱਕੀ ਦੇ ਦਰਸ਼ਨ ਅਤੇ ਉਹ ਮਲਕ ਭਾਗੋ ਦਾ ਜਿਹੜਾ ਦਿਮਾਨੇ ਖਾਸ ਹੈ ਕਿ ਦਿਮਾਨ ਖਾਨਾ ਹੈਗਾ ਉਹ ਬਿਲਡਿੰਗ ਤਾਂ ਉਵੇਂ ਪੁਰਾਣੀਆਂ ਇਤਿਹਾਸਿਕ ਪਈਆਂ ਹੈ ਤੁਹਾਡੇ ਵਾਲੇ ਪਾਸੇ ਮੈਨੂੰ ਖੁਸ਼ੀ ਹੈ ਵੀ ਵਿਰਾਸਤ ਕਾਇਮ ਹੈ ਅਤੇ ਸਾਡੇ ਵਾਲੇ ਪਾਸੇ ਬਸ ਇਹ ਕੀ ਕਹਾਂ ਮੈਂ ਉੱਥੇ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ
इत्थे जे ना जो दर्शन करी दे ना माल जी साहब ते ओह बणदा दरख्त अज भी गवाही भरी जांदा वी बाबा नानक इत्थे लेटिया सी ते सपने छां कीती सी ते जे मैं तुहाडा संग माणा ते तुसीं अवसर होणा ते मेरा पब ना मेरा खाल गिठ तां चक्या होऊ जी मैं थानेदार नाल मेरी मुलाकात होई है ते जिन्हें बाबे नानक दा संग माणिया ओहदा कोई देणा दे सकदा है जी क्या बात दे सकदा कोई देणा दा ते हर इक दे नाल हत्थ भी जुड़दे आ अखा भी बंद हो तो कोई पत्ता तोड़ के मूँह च पाँगा तो कोई बुटके च पाँगा कोई जेब च पाँगा तो जो पूछिए क्यों कहता ए लगता जिम्मे बाबा नानक ना इतने लेटिया पे सप छां करी खड़ा अंतरात्मे वो दर्शन हो रहा ये अंदर की भावना जो जागदी ना तो दर्शन जजार है फिर हरक के बेचना वो दिसदा तो जदों ये भावना ना बनी हो हिंदू है मुसलमान है सिख है फलाना टिमका फिर असं साढ़े इन्हों क्योंकि वो हरक के अंदर बैठा तो उही है तो जो निकलिया कहते लै चलो उदो कहते लै चलो तो साढ़े समाज ने सानू वंडा ऐसा तो मैं ना थोड़ी बोली उही पंजाबी बोली थोड़ी उही पंजाबी बोली साड़ी एको ही माँ दे असी जाए तो यही ना जो लाहौर मिले ना मैंने स्टेज के उत्ते बोलने का मौका तो पंजाबी विषय से सैमीनार सी तो कुदरती गल नदीम साहब उन्हें जेड़े अपना है ना दैल सिंह कॉलेज तो जो देखा पंजाबी जबान पंजाबी साहित्य तो पंजाबी के विषय उत्ते ही बस माटो पढ़िया तो फिर पैर थिड़क पिया कुर्सी तो उठ के मैं स्लिप दी जा पाया उस देखा ना तो बस ख्याल दो मिनट का ही बनया भी जेडे विषय उत्ते सैमीनार हो रहा तो साड़ी तो मां पंजाबी तो साडा ना पंजाबी असी जम्मे पंजाबी असी रुड़े पंजाबी असी हसे पंजाबी असी तुरे पंजाबी साड़ी छां पंजाबी साड़ी मां पंजाबी साड़ी मां पंजाबी साड़ी मां पंजाबी क्या बात है सरदार जी बहुत चंगा लगा तुहाडे नाल गल बात करके शुक्रिया जी।